ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕਨੇਡਾ ਜਾਣ ਨੂੰ ਲੱਗ ਰਿਹਾ ਮੋਟਾ ਪੈਸਾ ਦੇਸ਼ ਦੀਆਂ ਸ਼ੱਕੀ ਕਰੋਨਾ ਰਿਪੋਰਟਾਂ ਨੇ ਕਈ ਗੁਣਾ ਮਹਿੰਗਾ ਕਰ ਦਿੱਤਾ ਸਫ਼ਰ ਵਦੇਸ਼ ਜਾਣ ਦੇ ਲਈ ਦੇਸ਼ ਦੀਆਂ ਸ਼ੱਕੀ ਕੋਰੋਨਾ ਰਿਪੋਰਟਾਂ ਨੇ ਸਫਰ ਕਈ ਗੁਣਾ ਮਹਿੰਗਾ ਕਰ ਦਿੱਤਾ ਹੈ ਅਜਿਹੇ ਵਿੱਚ ਟਿਕਟ ਸਸਤੀ ਹੋਣ ਦੀ ਉਡੀਕ ਕਰ ਰਹੇ ਸੈਂਕੜੇ ਪ੍ਰਵਾਸੀ ਪੰਜਾਬੀ ਵਿਦੇਸ਼ਾਂ ਦੇ ਵਿੱਚ ਉਡਾਰੀ ਮਾਰਨ ਲਈ ਤਰਸ ਰਹੇ ਹਨ ਪਰ ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਕੋਈ ਟਿੱਲ ਹੁੰਦੀ ਨਜ਼ਰ ਨਹੀਂ ਆ ਰਹੀ ਕੋਰੋਨਾ ਕਾਰਨ ਜਿੱਥੇ ਇੱਕ ਵਾਰ ਅੰਤਰਰਾਸ਼ਟਰੀ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਲੰਬੇ ਅਰਸੇ ਬਾਅਦ ਜਿਵੇਂ-ਜਿਵੇਂ ਮਾਹੌਲ ਸੁਖਾਵਾਂ ਹੋਇਆ ਕਈ ਦੇਸ਼ਾਂ ਵੱਲੋਂ ਫਲਾਈਟਾਂ ਤੇ ਲਾਈ ਰੋਕ ਹਟਣ ਦੇ ਨਾਲ ਦੇਸ਼ ਦੇ 에ਅਰਪੋਰਟਾਂ ਤੇ ਰੌਣਕ ਨਜ਼ਰ ਆਉਣ ਲੱਗੀ ਅਜਿਹੇ ਵਿੱਚ ਇੱਕ ਵਾਰ ਫਿਰ ਕੈਨੇ ਹੋਰ ਦੇਸ਼ਾਂ ਦੇ ਵਿੱਚ ਕਰੋਨਾ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਹਟਣ ਕਰਨ ਆਵਾਜ਼ਾਈ ਆਮ ਹੋ ਗਈ ਹੈ ਜਇਹੇ ਵਿੱਚ ਇੰਡੀਆ ਤੇ ਹੋਰ ਨਾਂ ਦੇਸ਼ਾਂ ਖਾਸ ਕਰਕੇ ਕੈਨੇਡਾ ਜਾਣ ਦੇ ਲਈ 72 ਘੰਟੇ ਪਹਿਲਾਂ ਕਰੋਨਾ ਦੀ ਆਰਟੀਪੀਸੀਆਰ ਰਿਪੋਰਟ ਦੀ ਸ਼ਰਤ ਨੂੰ ਵਿਦੇਸ਼ ਜਾਣ ਵਾਲਿਆਂ ਤੇ ਉਤਾਵਲਿਆਂ ਦੇ ਜੁਗਾੜ ਦੇ ਰਾਹੀਂ ਸ਼ੱਕੀ ਬਣਾ ਦਿੱਤਾ ਗਿਆ ਹੈ ਇੰਜ ਹੀ ਦੇਸ਼ ਦੀਆਂ ਲੈਬਾਰਟਰੀਆਂ ਤੇ ਹੋਈਆਂ ਆਰਟੀਪੀਸੀਆਰ ਟੈਸਟ ਵਿਦੇਸ਼ ਦੇ ਵਿੱਚ ਗਲਤ ਸਾਬਤ ਹੋਣ ਤੇ ਉੱਥੋਂ ਦੀਆਂ ਸਰਕਾਰਾਂ ਨੂੰ ਵਿਪਤਾ ਦੇ ਵਿੱਚ ਪਾ ਦਿੱਤਾ ਹੈ ਤੇ ਸ਼ੱਕੀ ਰਿਪੋਰਟਾਂ ਦੀ ਪਰਿਹਾਰ ਤੇ ਚੱਲਦਾ ਇੱਕ ਵਾਰ ਫਿਰ ਕਰੋਨਾ ਰਿਪੋਰਟਾ ਖਾਸ ਕਰਕੇ ਇੰਡੀਆ ਦੀਆਂ ਕਰੋਨਾ ਰਿਪੋਰਟਾਂ ਨੂੰ ਲੈ ਕੇ ਵਿਦੇਸ਼ਾਂ ਨੇ ਸਖਤ ਰੋਕ ਅਪਣਾਇਆ ਸੱਚ ਗਈ ਹੈ ਤਾਂ ਇੰਡੀਆ ਦੀਆਂ ਰਿਪੋਰਟਾਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਅਜੇਹੇ ਗਲਤ ਦੇ ਨਾਲ ਨਾਲ ਐਨ ਆਰ ਆਈ ਵੀ ਇੰਡੀਆ ਦੇ ਵਿੱਚ ਫਸ ਗਏ। ਅਗਲੀ ਵੱਡੀ ਖਬਰਾਂ ਦੀ ਕੁਝ ਦੇਸ਼ਾਂ ਨੇ ਇੰਡੀਆ ਤੋਂ ਖੋਲੀਆਂ ਨੇ ਫਲਾਈਟਾਂ ਤੇ ਅਮਰੀਕਾ ਦੀ ਟਿਕਟ ਸਿਰਫ 80000 ਰੁਪਇਆ ਤੇ ਪਰਿਵਾਰ ਦੇ ਸਮੇਤ ਬਹੁਤ ਸਾਰੇ ਲੋਕ ਇੱਥੇ ਫਸੇ ਹੋਏ ਹਨ। ਇਸ ਸਰਕਾਰੀ ਸਕੀਮ ਦੇ ਵਿੱਚ ਕਰੋ ਨਿਵੇਸ਼ ਤੇ ਹਰ ਮਹੀਨੇ 5000 ਰੁਪਏ ਦੀ ਗਰੰਟਡ ਪੈਨਸ਼ਨ ਦਾ ਲਾਭ ਬਿਹਤਰ ਜ਼ਿੰਦਗੀ ਜਿਉਣ ਦੇ ਲਈ ਹਰੇਕ ਵਿਅਕਤੀ ਨੂੰ ਕੋਈ ਆਮਦਨ ਦੀ ਲੋੜ ਪੈਂਦੀ ਆ ਇਸ ਦੇ ਲਈ ਦੇ ਲੋਕੀ ਪ੍ਰਾਈਵੇਟ ਜਾਂ ਸਰਕਾਰੀ ਸੰਸਥਾ ਵਿੱਚ ਨੌਕਰੀ ਕਰਦੇ ਨੇ ਗੈਰ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ ਪਰ ਰਿਟਾਇਰਮੈਂਟ ਤੋਂ ਬਾਅਦ ਸਾਡੀ ਆਮਦਨ ਦਾ ਸਾਧਨ ਕੀ ਹੋ ਸਕਦਾ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਜ਼ਰੂਰ ਆਉਂਦਾ ਚਾਹੇ ਉਹ ਨੌਕਰੀ ਪੇਸ਼ਾ ਵਿਅਕਤੀ ਹੋਵੇ ਜਾਂ ਗੈਰ ਸੰਗਠਨ ਖੇਤਰ ਦਾ ਕੰਮ ਹਰ ਕਿਸੇ ਦੇ ਮਨ ਵਿੱਚ ਇਹ ਜ਼ਰੂਰ ਆਉਂਦਾ ਕਿ ਬੁਢਾਪੇ 'ਚ ਉਹਨਾਂ ਦੇ ਖਰਚੇ ਦਾ ਸਹਾਰਾ ਕੀ ਹੋ ਸਕਦਾ ਜਹੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਖਾਸ ਕਰਕੇ ਗੈਰ ਸੰਗਠਿਤ ਖੇਤਰ ਦੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਟਲ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ 18 ਤੋਂ 40 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਇਸ ਯੋਜਨਾ ਵਿੱਚ ਨਿਵੇਸ਼ ਕਰਕੇ ਪੈਨਸ਼ਨ ਦਾ ਲਾਭ ਲੈ ਸਕਦਾ ਹੈ ਇਸ ਦਾ ਸੰਚਾਲਨ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ ਕੀਤਾ ਗਿਆ 31 ਜੁਲਾਈ 2021 ਨੂੰ ਪੀ ਐਫ ਆਰ ਡੀਏ ਵੱਲੋਂ ਉਮਰ ਹਾਦ ਅਨੁਸਾਰ ਅਟਲ ਪੈਨਸ਼ਨ ਯੋਜਨਾ ਚ ਨਿਵੇਸ਼ ਕਰਨ ਵਾਲੇ ਲੋਕਾਂ ਦਾ ਅੰਕੜਾ ਜਾਰੀ ਕਰ ਦਿੱਤਾ ਗਿਆ ਜਿਸ ਦੇ ਅਨੁਸਾਰ ਇਸ ਯੋਜਨਾ ਵਿੱਚ ਹੁਣ ਤੱਕ ਸਭ ਤੋਂ ਵੱਡੀ ਗਿਣਤੀ ਚ ਨੌਜਵਾਨਾਂ ਨੇ ਨਿਵੇਸ਼ ਕੀਤਾ ਜਾਰੀ ਅੰਕੜਿਆਂ ਦੇ ਅਨੁਸਾਰ ਸਭ ਤੋਂ ਵੱਧ ਨਿਵੇਸ਼ 21 ਤੋਂ 25 ਉਮਰ ਵਰਗ ਦੇ ਲੋਕਾਂ ਨੇ ਕੀਤਾ ਜਿਹੜੀ ਕੁੱਲ ਗਿਣਤੀ 27% ਦੀ ਜਾਨੀ ਕਿ ਲਗਭਗ 90 ਲੱਖ ਹੈ ਉੱਤੇ ਹੀ 36 ਤੋਂ 30 ਉਮਰ ਵਰਗ ਵਾਲਿਆਂ ਦੀ ਗਿਣਤੀ ਲਗਭਗ 80 ਲੱਖ ਹੈ ਜਿਹੜੀ ਕਿ ਹੁਣ 25% ਦੀ ਹੈ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੇਸ਼ ਦੀ ਆਜ਼ਾਦੀ ਦਿਹਾੜੇ ਸੰਬੰਧੀ ਸਮਾਗਮ ਕੋਵਿਡ ਨਿਯਮਾਂ ਦੇ ਮੱਧੇ ਨਾਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਕਰਵਾਇਆ ਜਾਵੇਗਾ ਇਸ ਸਬੰਧੀ ਵਿਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਦੇ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਵਕ ਵਕਤ ਅਧਿਕਾਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਾਦੀ ਦੇ ਦਿਹਾੜੇ ਦੇ ਸਮਾਗਮਾਂ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਉਹਨਾਂ ਨੇ ਦੱਸਿਆ ਕਿ ਰਾਸ਼ਟਰੀ ਗਾਣ ਬਾਬਾ ਗਾਂਦਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੋਵੇਗਾ ਬੇਰੋਜ਼ਗਾਰ ਲੜਕੀਆਂ ਨੇ ਸਿੱਖਿਆ ਮੰਤਰੀ ਦੀ ਕੋਟੀ ਮੂਰੇ ਇਨਕਲਾਬੀ ਬੋਲੀਆਂ ਪਾ ਕੇ ਮਨਾਈਆਂ ਤੀਆਂ ਵੱਡੀ ਖਬਰ ਹੈ ਕਬਰਦੇਵਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੇਕਰ ਤੁਸੀਂ ਵੀ ਹਾਲੇ ਤੱਕ ਬੇਰੋਜ਼ਗਾਰ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਜੇਕਰ ਤੁਹਾਨੂੰ ਰੁਜ਼ਗਾਰ ਮਿਲ ਗਿਆ ਤਾਂ ਤੁਸੀਂ ਨੋ ਲਿਖ ਸਕਦੇ ਹੋ ਨੋ ਪ੍ਰੋਬਲਮ ਪਿਛਲੇ ਕਰੀਬ 7 ਮਹੀਨਿਆਂ ਤੋਂ ਰੋਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਪੱਕਾ ਮੋਰਚਾ ਲਾ ਕੇ ਬੈਠੇ ਬੇਰੋਜ਼ਗਾਰ ਸਾਂਝਾ ਮੋਰਚਾ ਨਾਲ ਸਬੰਧਤ ਬੇਰੋਜ਼ਗਾਰ ਲੜਕੀਆਂ ਨੇ ਅੱਜ ਮੰਤਰੀ ਦੀ ਕੋਠੀ ਦੇ ਮੂਹਰੇ ਬੈਠ ਕੇ ਨਿਕਲਾ ਵੀ ਬোলੀਆਂ ਪਾ ਕੇ ਸੌਂਦੀਆਂ ਤੀਆਂ ਮਨਾਈਆਂ ਇਸ ਤੋਂ ਬਾਅਦ ਬੇਰੋਜ਼ਗਾਰਾਂ ਨੇ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡ ਖਲੇਸਾਂ ਗਰਦਾਸਪੁਰਾ ਨਨਕਾਣਾ ਸਾਹਿਬ ਅਤੇ ਮੰਗਵਾਲ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਕਰ ਕਰ ਨੌਕਰੀ ਦੇਣ ਦਾ ਚੋਣ ਵਾਅਦਾ ਕਰਕੇ ਮੁੱਖ ਕੀ ਤੇ ਸਿੱਖਿਆ ਮੰਤਰੀ ਨੇ ਸਿਰਫ ਲਾਰੇ ਹਿਲਾ ਰਹੇ ਹਨ ਮੋਰਚੇ ਦੇ ਆਗੂਆਂ ਸੁਖਵਿੰਦਰ ਢਿਲਵਾਹ ਹਰਜਿੰਦਰ ਚੁੰਨੀਰ ਤੇ ਗਗਨਦੀਪ ਕੌਰ ਨੇ ਕਿਹਾ ਕਿ ਸਿੱਖਿਆ ਮੰਤਰੀ ਲਗਾਤਾਰ ਆਪਣੀ ਕੋਟੀ ਦੇ ਵਿੱਚੋਂ ਗਾਇਬ ਹਨ ਜੇਕਰ ਬੇਰੋਜ਼ਗਾਰ ਸਿੱਖਿਆ ਮੰਤਰੀ ਨੂੰ ਲੱਭ ਲੈਂਦੇ ਹਨ ਤਾਂ ਪੁਲਿਸ ਉਹਨਾਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ ਜਿਵੇਂ ਉਹ ਦੇਸ਼ਤ ਰੋਹੀ ਹੋਣ ਮੋਦੀ ਸਰਕਾਰ ਵੱਲੋਂ ਬਾਬੇ ਨਾਨਕ ਅਤੇ ਮਰਦਾਨੇ ਦੀ ਏਕਤਾ ਨੂੰ ਤੋੜਨ ਦੀਆਂ ਆਸਫਲ ਕੋਸ਼ਿਸ਼ਾਂ ਪਾਸਲਾ ਜਾਮਾ ਰਾਇ ਮੋਦੀ ਸਰਕਾਰ ਵੱਲੋਂ ਦੇਸ਼ 'ਚ ਫਿਰਕੂ ਆਧਾਰ ਤੇ ਵੰਡੀਆਂ ਪਾ ਕੇ ਬਾਬੇ ਨਾਨਕ ਅਤੇ ਮਰਦਾਨੇ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਹੈ ਜਦਕਿ ਇਹ ਸਰਕਾਰ ਲੋਕਾਂ ਨੂੰ ਆਪਸ 'ਚ ਲੜਾ ਕੇ ਚੱਲ ਰਹੇ ਦੇਸ਼ ਵਿਸਾਵ ਵਿਆਪੀ ਅੰਦੋਲਨ ਨੂੰ ਖਤਮ ਕਰਕੇ ਕਾਰਪੋਰੇਟ ਕਰਾਣਾਂ ਦੇ ਹੱਕ ਵਿੱਚ ਨੀਤੀਆਂ ਲਾਗੂ ਕਰਨਾ ਚਾਹੁੰਦੀ ਹੈ ਜਿਸ ਨਾਲ ਅਮੀਰੀ ਗਰੀਬੀ ਦਾ ਪਾੜਾ ਹੋਰ ਵੱਧ ਜਾਵੇਗਾ ਕਿਰਤੀ ਅਤੇ ਕਿਸਾਨੀ ਦੀ ਲੁੱਟ ਵਧੇਗੀ ਇਹ ਪ੍ਰਗਟਾਵਾ ਕੇ ਲਾ ਰਾਇਪੁਰ ਸਥਿਤ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਨੇੜੇ ਚੱਲ ਰਹੇ ਲਗਾਤਾਰ ਦਰਨੇ ਦੇ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰਸਟੀ ਮੰਗਤ RAM ਪਾਸਲਾ ਜਮਰੂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾ ਰਾਏ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਤਰਮਿੰਦਰ ਸਿੰਘ ਮੁਕੇਰੀਆ ਨੇ ਸੰਬੋਧਨ ਕਰਦਿਆਂ ਕੀਤਾ 25 ਤੋਂ ਸ਼ੁਰੂ ਹੋਣਗੀਆਂ ਕੰਪਾਰਟਮੈਂਟ ਅਤੇ ਸੁਧਾਰ ਪ੍ਰੀਖਿਆਵਾਂ CBSE ਨੇ ਕੀਤਾ ਐਲਾਨ ਸੈਂਟਰਲ ਬੋਰਡ ਆਫ ਸੀਨੀਅਰ ਐਜੂਕੇਸ਼ਨ ਨੇ ਮੰਗਲਵਾਰ ਨੂੰ 10ਵੀਂ ਅਤੇ 12ਵੀਂ ਦੀਆਂ ਕੰਪਾਰਟਮੈਂਟ ਅਤੇ ਸੁਧਾਰ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਨੇ ਪ੍ਰੀਖਿਆਵਾਂ 25 ਅਗਸਤ ਤੋਂ 5 ਸਤੰਬਰ ਤੱਕ ਹੋਣਗੀਆਂ CBSE ਦੇ ਅਧਿਕਾਰੀਆਂ ਨੇ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕਰਦੇ ਹੋਏ ਕਿਹਾ ਕਿ ਜਿਹੜੇ ਵਿਦਿਆਰਥੀ ਬੋਰਡ ਨਤੀਜੇ 'ਚ ਘੱਟ ਨੰਬਰਾਂ ਤੋਂ ਨਾਰਾਜ਼ ਹਨ ਜਾਂ ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਹੈ ਇਹ ਉਹ 25 ਅਗਸਤ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਲਈ 11 ਤੋਂ 15 ਅਗਸਤ ਤੱਕ ਫਾਰਮ ਭਰ ਸਕਦੇ ਹਨ ਇਹਨਾਂ ਪ੍ਰੀਖਿਆਵਾਂ ਦਾ ਨਤੀਜਾ 30 ਸਤੰਬਰ 2021 ਨੂੰ ਜਾਰੀ ਕੀਤਾ ਜਾਵੇਗਾ ਬੋਰਡ ਨੇ ਕਿਹਾ ਕਿ ਇਹਨਾਂ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਨੂੰ ਮਿਲੇ ਨੰਬਰਾਂ ਨੰਬਰ ਹੀ ਆਖਰੀ ਨੰਬਰ ਮੰਨੇ ਜਾਣਗੇ ਤੇ ਉਹਨਾਂ ਦਾ ਨਤੀਜਾ ਵੀ ਇਸੇ ਅਧਾਰ ਤੇ ਬਣਾਇਆ ਜਾਵੇਗਾ ਪੰਜਾਬ ਕੈਬਨਿਟ ਤੋਂ ਕੁਝ ਵੱਡੇ ਮੰਤਰੀਆਂ ਦੀ ਹੋਵੇਗੀ ਛੁੱਟੀ ਨਵੇਂ ਚਿਹਰੇ ਆਉਣਗੇ ਨਜ਼ਰ ਕੈਪਟਨਸ ਹੁੰਦੀਆਂ ਮੁਲਾਕਾਤ 'ਚੋਂ ਫਿਰ ਬਦਲ ਦੀ ਮਨਜ਼ੂਰੀ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਕੈਬਨਿਟ ਫੇਰ ਬਦਲ ਨੂੰ ਲੈ ਕੇ ਚਰਚਾ ਕੀਤੀ ਸੋਨੀਆ ਗਾਂਧੀ ਨੇ ਕੈਬਨਿਟ ਚੂ ਫੇਰ ਬਦਲ ਨੂੰ ਲੈ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਕਰੀਬ 1 ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਕੈਪਟਨ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਤੇ ਸੰਤੁਸ਼ਟ ਹਨ ਇਹ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦਿੱਤੀ ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਕੈਪਟਨ ਨੇ ਸੋਨੀਆ ਦੇ ਨਾਲ ਕੈਬਨਟ 'ਚ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਗੱਲ ਕੀਤੀ ਕਿਉਂਕਿ ਕੈਪਟਨ ਨਾ ਤਾਂ ਸਿਰਫ ਇੱਕ ਖਾਲੀ ਸੀਟ ਨੂੰ ਭਰਨਾ ਚਾਹੁੰਦੇ ਹਨ ਬਲਕਿ ਕੈਬਨਟ 'ਚ ਦੋ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਸਿੱਧੂ ਦੇ ਸਰਕਾਰ ਖਿਲਾਫ ਬਿਆਨ ਨੂੰ ਲੈ ਕੇ ਵੀ ਸੋਨੀਆ ਦੇ ਨਾਲ ਸਿੱਧਾ ਆਪਣਾ ਕੈਪਟਨ ਦੀ ਜਿਹੜੀ ਚਰਚਾ ਕਹਿੰਦੇ ਹੋਈ ਹੈ ਪਲੰਗਾਨਾ 'ਚੋਂ ਭਾਜਪਾ ਨੇਤਾ ਨੂੰ ਕਾਰ ਦੀ ਡਿੱਗੀ ਵਿੱਚ ਬੰਦ ਕਰਕੇ ਜਿੰਦਾ ਸਾੜਿਆ ਸੋ ਇਹ ਵੱਡੀ ਖਬਰ ਆ ਬਿਗ ਬ੍ਰੇਕਿੰਗ ਨਿਊਜ਼ ਆ ਦੋਸਤੋ ਸਭ ਤੋਂ ਪਹਿਲਾਂ ਕਾਰ ਦਿਖਾ ਦਿੰਦੇ ਆ ਜੀ ਜਿਸ ਦੇ ਵਿੱਚ ਬੀਜੇਪੀ ਨੇਤਾ ਨੂੰ ਡਿੱਗੀ ਦੇ ਵਿੱਚ ਬੰਦ ਕਰਕੇ ਜ਼ਿੰਦਾ ਸਾੜ ਦਿੱਤਾ ਇਹ ਕਾਰ ਆ ਬੀਜੇਪੀ ਨੇਤਾ ਦੀ ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਸਥਾਨਕ ਪਾਜਪਾ ਨੇਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਪੁਰਸ਼ ਦੇ ਅਨੁਸਾਰ ਕੁਝ ਜਾਣ ਪਛਾਤੇ ਵਿਅਕਤੀਆਂ ਨੇ ਪਾਜਪਾ ਨੇਤਾ ਦੀ ਕਾਰ ਨੂੰ ਗੱਡੀ ਦੇ ਅੰਕਾਰ ਦੀ ਡਿੱਗੀ ਦੇ ਵਿੱਚ ਬੰਦ ਕਰਕੇ ਉਸ ਨੂੰ ਅੱਗ ਲਾ ਦਿੱਤੀ ਜਿਸ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਗਈ ਮੇਦਕ ਦੀ ਐਸਪੀ ਚੰਦਨਾ ਦੀਪਤੀ ਨੇ ਕੁਝ ਜਾਣ ਪਛਾਤੇ ਵਿਅਕਤੀਆਂ ਤੇ ਭਾਜਪਾ ਨੇਤਾ ਤੇ ਉਸਦੀ ਕਾਰ ਦੀ ਡਿੱਗੀ ਵਿੱਚ ਬੰਦ ਕਰਕੇ ਉਸ ਨੂੰ ਅੱਗ ਲਾਉਣ ਤੇ ਮਾਮਲਾ ਜਿਹੜਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਹਾਈ ਲੈਵਲ ਤੇ ਚੱਲ ਰਹੀ ਆ ਕਰੋਨਾ ਦੇ ਵੱਧ ਦੇ ਮਾਮਲੇ ਦੇ ਮੱਦੇਨਜ਼ਰ ਇਸ ਸੂਬੇ 'ਚ 22 ਅਗਸਤ ਤੱਕ ਸਕੂਲ ਬੰਦ ਵੱਡੀ ਖਬਰ ਹੈ ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ ਮੰਗਲਵਾਰ ਨੂੰ ਮੁੱਖ ਮੰਤਰੀ ਜੈਰਾਮ ਠਾਕਰ ਦੀ ਪ੍ਰਧਾਨਗੀ ਵਿੱਚ ਅਜੋਜਿਤ ਕੀਤੀ ਗਈ ਬੈਠਕ ਦੇ ਵਿੱਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਕਈ ਵੱਡੇ ਫੈਸਲੇ ਲਏ ਗਏ ਕੈਬਨਿਟ ਨੇ ਪ੍ਰਦੇਸ਼ 'ਚ 11 ਤੋਂ 22 ਅਗਸਤ ਤੱਕ ਸਕੂਲਾਂ ਨੂੰ ਵਿਦਿਆਰਥੀਆਂ ਲਈ ਬੰਦ ਰੱਖਣ ਦਾ ਫੈਸਲਾ ਲਿਆ ਹਾਲਾਂਕਿ ਅਧਿਆਪਕ ਰੈਗੂਲਰ ਤੌਰ ਤੇ ਸਕੂਲ ਆਉਣਗੇ ਦੱਸਦਿਏ 2 ਅਗਸਤ ਤੋਂ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਸੀ ਪਰ ਹੁਣ ਵਾਧੇ ਕਰੋਨਾ ਮਾਮਲਿਆਂ ਦੇ ਮੱਦੇਨਜ਼ਰ ਮੋੜ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਦੂਜੇ ਪਾਸੇ ਹਿਮਾਚਲ ਦੇ ਵਿੱਚ ਹੁਣ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਕਰੋਨਾ ਤੇ ਆਰਟੀਪੀਸੀਆਰ ਰਿਪੋਰਟ ਨੈਗੇਟਿਵ ਹੋਣੀ ਲਾਜ਼ਮੀ ਹੈ ਦਿੱਲੀ ਦੀ ਭਾਜਪਾ ਸਰਕਾਰ ਨੇ ਬਣਾਈ ਇੱਕ ਹੋਰ ਨਵੀਂ ਯੋਜਨਾ ਜਿਸ ਕਰੇਗੀ ਕਿਸਾਨਾਂ ਦੀ ਨਾਰਾਜ਼ਗੀ ਦੂਰ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਧਿਆਨ ਕਿਸਾਨਾਂ ਤੇ ਆ ਤੇ ਇਸ ਲਈ ਭਾਜਪਾ 16 ਅਗਸਤ ਤੋਂ ਵੱਡੀ ਮਹਿੰਮ ਸ਼ੁਰੂ ਕਰਨ ਜਾ ਰਹੀ ਹੈ ਇਸ ਮਹਿੰਮ ਦੀ ਜ਼ਿੰਮੇਵਾਰੀ ਮਿਲੀ ਹੈ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਕਾਮੇ ਸ਼ਵਰ ਸਿੰਘ ਨੂੰ ਮਹ ਮਹਿੰਮ ਦੇ ਦੌਰਾਨ ਇੱਕ ਪਾਸੇ ਜਿੱਥੇ ਕਿਸਾਨਾਂ ਨੇ ਉਸ ਦੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਕੰਮ ਦੱਸੇ ਜਾਣਗੇ ਦੂਜੇ ਪਾਸੇ ਖੇਤੀਬਾੜੀ ਬਿੱਲਾਂ ਦੇ ਫਾਇਦੇ ਕਿਸਾਨਾਂ ਨੂੰ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਰਸਤਾ ਵੀ ਕੱਢਿਆ ਜਾਵੇਗਾ ਇਨਾਂ ਹੀ ਨਹੀਂ ਕਿਸਾਨ ਛੇਤੀ ਹੀ ਮੋਰਚੇ ਦਾ ਛੇਤੀ ਹੀ ਗੰਨੇ ਦਾ ਮੁੱਲ ਵਧਾਉਣ ਕਰੋਨਾ ਕਾਲ ਨੂੰ ਵੇਖਦੇ ਹੋਏ ਕਿਸਾਨਾਂ ਨੂੰ ਟਿਊਬਵੈੱਲ ਦੇ ਬਿੱਲ ਦੇ ਵਿੱਚ ਰਾਤ ਦੇਣ ਦਾ ਪ੍ਰਸਤਾਵ ਦੇਣ ਦੀ ਤਿਆਰੀ ਵਿੱਚ ਹਨ ਵਿਰੋਧੀ ਅਫਵਾਹਾਂ ਫਲਾ ਰਹੇ ਹਨ ਕਿਸਾਨ ਮੋਰਚੇ ਦੇ ਪ੍ਰਧਾਨ ਕਮੇਸ਼ਵਰ ਨੇ ਕਿਹਾ ਕਿ ਕੁਝ ਵਿਦੇਸ਼ੀ ਏਜੰਸੀਆਂ ਤੇ ਵਿਰੋਧੀ ਅਫਵਾਹਾਂ ਫਲਾ ਰਹੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ ਵਿਦਿਆਰਥੀ ਨਿਕਲੇ ਕਰੋਨਾ ਪੋਜ਼ਿਟਿਵ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਕੂਲ ਖੁੱਲ੍ਹੇਆਂ ਨੂੰ ਕੁਝ ਦਿਨ ਹੀ ਹੋਏ ਨੇ ਕਿ ਵਿਦਿਆਰਥੀ ਕਰੋਨਾ ਦੇ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਤਾਜ਼ਾ ਮਾਮਲਾ ਪਿੰਡ ਜਾਂਜਾ ਦੇ ਸਰਕਾਰੀ ਹਾਈ ਸਕੂਲ ਦਾ ਜਿੱਥੇ ਕਈ ਬੱਚੇ ਕਰੋਨਾ ਦੀ ਜਪੇੜ ਚ ਆ ਗਏ ਹਨ ਪੰਜਾਬ ਦੇ ਸਕੂਲਾਂ 'ਚ ਰੋਜ਼ਾਨਾ ਹੋਣਗੇ 10000 ਆਰਟੀਪੀਸੀਆ ਟੈਸਟ ਪੂਰੀ ਤਰ੍ਹਾਂ ਵੈਕਸੀਨੇਟਿਡ ਸਟਾਫ ਨੂੰ ਹੀ ਮਿਲੇਗੀ ਸਕੂਲ ਜਾਣ ਦੀ ਇਜਾਜ਼ਤ ਸੀਐਸ ਸੂਬੇ ਦੇ ਵਿੱਚ ਕੋਵਿਡ ਮਹਾਮਾਰੀ ਨੂੰ ਕਾਬੂ ਹੇਠਾਂ ਰੱਖਣ ਦਾ ਤੇ ਇਸ ਦੇ ਫਲਾਣ ਨੂੰ ਰੋਕਣ ਦੇ ਲਈ ਮੁੱਖ ਸਕੱਤਰ ਸ਼੍ਰੀਮਤੀ ਵਿਣੀ ਮਹਾਜਨ ਨੇ ਕਿਹਾ ਕਿ ਟੈਸਟਾਂ ਦੀ ਗਿਣਤੀ ਵਧਾਉਣਾ ਤੇ ਸਕੂਲਾਂ ਦੇ ਵਿੱਚ ਰੋਜ਼ਾਨਾ 10000 ਆਰਟੀਪੀਸੀਆ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇਸ ਤੋਂ ਇਲਾਵਾ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਜਕੀਨੀ ਬਣਾਉਣ ਲਈ ਕਿਹਾ ਹੈ ਕਿ ਕੋਵਿਡ ਰੋਕੂ ਟੀਕੇ ਦੀਆਂ ਦੋਵੇਂ ਖਰਾਕਾਂ ਲਗਾਉਣ ਵਾਲੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸਕੂਲ ਆਉਣ ਦੀ ਆਗਿਆ ਦਿੱਤੀ ਜਾਵੇ ਉਹਨਾਂ ਨਿਰਦੇਸ਼ ਦਿੱਤੇ ਹਨ ਕਿ ਰੋਜ਼ਾਨਾ 40000 ਨਮੂਨੇ ਲੈਣ ਦੇ ਟੀਚੇ ਨੂੰ ਲਾਜ਼ਮੀ ਤੌਰ ਤੇ ਪੂਰਾ ਕੀਤਾ ਜਾਵੇ ਜੇ ਕੋਵਿਡ ਦੇ ਮਾਮਲੇ ਵਧਦੇ ਹਨ ਤਾਂ ਟੈਸਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਰੈਪਿਡ ਰਿਸਪੌਂਸ ਟੀਮਾਂ ਘਰੇਲੂ ਕਾਂਤਵਾਸ ਅਦੀਨ ਮਰੀਜ਼ਾਂ ਦੀ ਸਥਿਤੀ ਬਾਰੇ ਜਾਣਕਾਰੀ ਇਕੱਠੀਆਂ ਕਰਨਗੀਆਂ ਕਰੋਨਾ ਦਾ ਡਰ ਮੁੜ ਬੰਦ ਕੀਤਾ ਜਾ ਸਕਦੇ ਨੇ ਸਕੂਲ ਵਿਜੇਂਦਰ ਸਿੰਘਲਾ ਸੋ ਇਹ ਵੱਡੀ ਖਬਰ ਆ ਜੀ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰੋਨਾ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਹੋਰ ਵੀ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਲਗਾਤਾਰ ਕਰੋਨਾ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਵੱਡਾ ਐਲਾਨ ਕੀਤਾ ਉਹਨਾਂ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨਾਲ ਵੀਡੀਓ ਕਾਨਫਰencing ਰਾਹੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜ਼ਮੀਨੀ ਸਥਿਤੀ ਦੀ ਪਰਚੋਲ ਕਰਨ ਤੋਂ ਬਾਅਦ ਜੇ ਲੋੜ ਪਈ ਤਾਂ ਸਕੂਲਾਂ ਨੂੰ ਮੁੜ ਬੰਦ ਕਰ ਦਿੱਤਾ ਜਾਵੇਗਾ ਦੱਸਦੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਖੋਲਣਾ ਬੱਚਿਆਂ ਤੇ ਪਾਰੀ ਪੈ ਰਿਹਾ ਦੋ ਦਿਨਾਂ ਦੇ ਵਿੱਚ 20 ਤੋਂ ਜ਼ਿਆਦਾ ਬੱਚੇ ਕਰੋਨਾ ਦੀ ਚਪੇਟ ਵਿੱਚ ਆ ਗਏ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਲੁਧਿਆਣਾ ਵਿੱਚ ਮਾਡਰਨ ਲਾਇਬ੍ਰੇਰੀ ਦਾ ਕੀਤਾ ਉਦਘਾਟਨ ਇੱਕ ਮਾਡਰਨ ਲਾਇਬ੍ਰੇਰੀ ਦਾ ਉਦਘਾਟਨ ਬੁੱਕ ਨੁੱਕ ਦੀ ਸ਼ੁਰੂਆਤ ਕੀਤੀ ਗਈ ਹੈ ਪੁਲਿਸ ਕਰਮਚਾਰੀਆਂ ਦੇ ਵਾਰਡਾਂ ਵਿੱਚ ਪੜਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਇਹ ਲੁਧਿਆਣਾ ਪੁਲਿਸ ਦੀ ਵੱਡੀ ਪਹਿਲ ਆਸਲ ਬੁੱਕ ਨੁੱਕ ਲਾਇਬ੍ਰੇਰੀ ਸਪੇਸ ਦਾ ਉਦਘਾਟਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਤੇ ਲੁਧਿਆਣਾ ਸ਼ਹਿਰ ਦੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਦੇ ਨਾਲ ਕੀਤਾ ਲੁਧਿਆਣਾ ਸਿਟੀ ਪੁਲਿਸ ਦੇ ਵਿਧਿਕ ਡੀਸੀਪੀ ਪ੍ਰਗਿਆ ਜਨਕ ਹੈ ਕਿ ਸ਼ੁਰੂ ਦੇ ਵਿੱਚ 1000 ਤੋਂ ਵੱਧ ਕਿਤਾਬਾਂ ਲੁਧਿਆਣਾ ਪੁਲਿਸ ਨੇ ਖਰੀਦੀਆਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਲੇਖਕਾਂ ਦੀਆਂ ਕਿਤਾਬਾਂ ਵੀ ਸ਼ਾਮਲ ਹਨ ਜੋ ਬੱਚਿਆਂ ਤੇ ਪੁਲਿਸ ਦੇ ਪਰਿਵਾਰਕ ਮੈਂਬਰਾਂ ਨੂੰ ਲੋੜਿੰਦੀਆਂ ਲੋੜਿੰਦੀਆਂ ਹਨ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਲਈ ਜਾਣ ਆਨਲਾਈਨ ਅਪਲਾਈ ਕਰਨ ਦਾ ਆਖਰੀ ਮੌਕਾ ਕੱਲ ਪੰਜਾਬ ਪੁਲਿਸ ਦੀ ਡਿਸਟ੍ਰਿਕਟ ਪੁਲਿਸ ਕੈਡਰ ਦੀਆਂ 2015 ਦੇ ਆਰਮਡ ਪੁਲਿਸ ਕੈਡਰ ਦੀਆਂ 200 2300 43 ਪੋਸਟਾਂ ਲਈ ਕਾਂਸਟੇਬਲ ਆਨਲਾਈਨ ਫਾਰਮ ਭਰੇ ਜਾ ਰਹੇ ਹਨ ਤੇ ਇਸ ਦੇ ਆਨਲਾਈਨ ਫਾਰ ਅਪਲਾਈ ਕਰਨ ਦੀ ਆਖਰੀ ਤਰੀਕ 15 ਅਗਸਤ 2021 ਹੈ ਅਪਲਾਈ ਕਰਨ ਵਾਲੇ ਦੀ ਰਾਸ਼ਟਰੀਅਤਾ ਭਾਰਤੀ ਹੋਣੀ ਜ਼ਰੂਰੀ ਹੈ ਤੇ 1 ਜਨਵਰੀ 2022 ਨੂੰ ਕਟੋ-ਕਟ 18 ਸਾਲ ਹੋਣੀ ਚਾਹੀਦੀ ਹੈ ਤੇ ਕੈਟਾਗਰੀ ਦੇ ਲਈ 28 ਸਾਲਾ ਜਦ ਕਿ OBC SC ਨੂੰ 5 ਸਾਲ ਦੀ ਛੋਟ ਹੈ ਉਹਨਾਂ ਦੀ ਵੱਧ ਤੋਂ ਵੱਧ ਉਮਰ ਹੱਦ 33 ਸਾਲ ਦੀ ਹੈ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਮੌਜੂਦਾ ਵਰਤ ਲਈ ਸਿੱਖਿਆ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਹਰ 12ਵੀਂ ਪਾਸ ਮੁੰਡੇ ਕੁੜੀ ਕਾਂਸਟੇਬਲ ਦੀ ਪੋਸਟ ਲਈ ਅਪਲਾਈ ਕਰ ਸਕਦੇ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਪੰਜ ਕਿਸਾਨ ਲੀਡਰਾਂ ਦੀ ਜਾਨ ਨੂੰ ਖਤਰਾ ਕੈਪਟਨ ਅਮਿਤ ਸ਼ਾਹ ਤੋਂ ਮੰਗੀਆਂ ਸੈਂਟਰਲ ਫੋਰਸ ਦੀਆਂ 25 ਕੰਪਨੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਵਾਦ ਰਹਿ ਡਰੋਨ ਕਿਸਾਨ ਅੰਦੋਲਨ ਅਤੇ ਕਿਸਾਨ ਲੀਡਰਾਂ ਦੀ ਸੁਰੱਖਿਆ ਵਰਗੇ ਤਾਜ਼ਾ ਖਤਰੇ ਬਾਰੇ ਗੱਲਬਾਤ ਕੀਤੀ ਅਮਿਤ ਸ਼ਾਹ ਤੋਂ ਸੈਂਟਰਲ ਫੋਰਸ ਦੀਆਂ 25 ਕੰਪਨੀਆਂ ਮੰਗਵਾਈਆਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਮੋਹਾਲੀ ਪਟਿਆਲਾ ਬਠਿੰਡਾ ਫਗਵਾੜਾ ਵਿੱਚ ਤਾਇਨਾਤ ਕਰਨ ਦੇ ਲਈ ਕਿਹਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੈਪਟਨ ਨਿਸ਼ਾਨੂ ਦੱਸਿਆ ਕਿ ਸੂਬੇ ਦੇ 5 ਕਿਸਾਨ ਲੀਡਰਾਂ ਦੀ ਜਾਨ ਨੂੰ ਖਤਰਾ ਹੈ ਇਹਨਾਂ ਆਗੂਆਂ ਨੂੰ ਪੰਜਾਬ ਅਤੇ ਹਰਿਆਣਾ ਪੁਲਿਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਇਸ ਲਈ ਕੇਂਦਰ ਨੂੰ ਇਹਨਾਂ ਨੇਤਾਵਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਤੇ ਇਸ ਲਈ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿ ਕਿਸਾਨਾਂ ਨੂੰ ਸਰਕਾਰ ਦੇ ਵਿਰੁੱਧ ਪੜਕਾਇਆ ਜਾ ਰਿਹਾ ਹੈ। ਮੋਗਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਪਈਆਂ ਪਾਜੜਾਂ ਥਾਣੇ ਦੀ ਕੰਧ ਪਾਰ ਕੇ ਚਾਰ ਮੁੱਲਜਮ ਫਰਾਰ ਸੋ ਇਹ ਤਾਂ ਬਹੁਤ ਵੱਡੀ ਖਬਰ ਆ ਦੋਸਤੋ ਬੀਤੀ ਰਾਤ ਮੋਗਾ ਜ਼ਿਲ੍ਹੇ ਦੇ ਥਾਣਾ ਸਦਰ ਦੀ ਹਵਾਲਾਤ ਦੇ ਵਿੱਚ ਬੰਦ ਚਾਰ ਹਵਾਲਾਤੀ ਕੰਧ ਨੂੰ ਪਾੜ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ ਮੇਰੀ ਜਾਣਕਾਰੀ ਦੇ ਅਨੁਸਾਰ ਤਿੰਨ ਵਿਅਕਤੀਆਂ ਨੂੰ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਇੱਕ ਮੁਲਜ਼ਮ ਕਿਸੇ ਮਾਮਲੇ ਚ ਪਗੋੜਾ ਸੀ ਮੁਲਜ਼ਮਾਂ ਨੇ ਥਾਣੇ ਦੀ ਕੰਦ ਚੋਂ ਫਾੜ ਲਾਇਆ ਤੇ ਫਰਾਰ ਹੋ ਗਏ ਕੜਨਾ ਦੀ ਜਾਣਕਾਰੀ ਮਿਲਨ ਤੇ ਡੀਐਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਮੌਕੇ ਤੇ ਪੁੱਜੇ ਤੇ ਜਾਂਚ ਕਰ ਦਿੱਤੀ ਪੁਲਿਸ ਵੱਲੋਂ ਆਸ-ਪਾਸ ਦਾ ਨਰੀਖਣ ਕੀਤਾ ਜਾ ਰਿਹਾ ਹਵਾਲਤ ਚੋਂ ਪਾੜ ਲਾ ਕੇ ਫਰਾਰ ਹੋਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਆਜ਼ਾਦੀ ਦਾ ਜਸ਼ਨ ਹੋਵੇਗਾ ਦੁੱਗਣਾ ਭਲਕੇ ਇਸਰੋ ਲਾਏਗਾ ਪੁਲਾੜ ਵਿੱਚ ਵੱਡੀ ਛਲਾਂਗ ਉਲਟੀ ਗਿਣਤੀ ਸ਼ੁਰੂ ਸੋ ਬਿਗ ਬ੍ਰੇਕਿੰਗ ਨਿਊਜ਼ ਆ ਜੀ 75ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਦੁੱਗਣਾ ਹੋਵੇਗਾ ਕਿਉਂਕਿ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਵੀਰਵਾਰ ਨੂੰ ਇੱਕ ਨਵਾਂ ਇਤਿਹਾਸ ਰਚਣ ਜਾ ਰਿਹਾ ਜਾਦੀ ਦਿਹਾੜੇ ਤੋਂ ਪਹਿਲਾਂ ਪਲਕੇ ਭਾਰਤ ਪੁਲਾੜ ਦੇ ਵਿੱਚ ਇੱਕ ਵੱਡੀ ਸ਼ਲਾਂਗ ਲਾਉਣ ਜਾ ਰਿਹਾ ਹੈ ਇਸਰੋ ਕੱਲ ਧਰਤੀ ਦੀ ਨਿਗਰਾਨੀ ਕਰਨ ਵਾਲੇ ਦੇਸ਼ ਦੇ ਪਹਿਲੇ ਸੈਟੇਲਾਈਟ EOS 03 ਨੂੰ ਲਾਂਚ ਕਰਨ ਵਾਲਾ ਤੇ ਇਸ ਦਾ ਕਾਊਂਟਡਾਊਨ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਹ ਮੌਸਮ ਦੀ ਸਥਿਤੀ ਤੇ ਨਿਰਭਰ ਕਰਦਾ ਤੜਕੇ 5:43 ਮਿੰਟ ਤੇ ਇਸ ਨੂੰ ਲਾਂਚ ਕੀਤਾ ਜਾਵੇਗਾ ਸੈਟੇਲਾਈਟ ਦੀਆਂ ਖਾਸੀਅਤ ਉਹ ਵੱਖ-ਵੱਖ ਪ੍ਰਕਾਰ ਦੀਆਂ ਹਨ જીએસ ਵੱਲੋਂ 10 ਉਡਾਨ ਉਪਗ੍ਰਹ ਚਾਰ ਮੀਟਰ ਵਿਆਸ ਉੱਗਵੇਂ ਆਕਾਰ ਦੇ ਜਿਹੜੇ ਉਹ ਕੀਤੇ ਗਏ ਹਨ ਸੈੱਟ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਚੁਰ ਜਿਸਪਟੀ ਦੇ ਲਈ ਐਨਓਸੀ ਜ਼ਰੂਰੀ ਹਾਈ ਕੋਰਟ ਜੋ ਹਾਈ ਕੋਰਟ ਦੇ ਦਖਲ ਮਗਰੋਂ ਕੈਪਟਨ ਸਰਕਾਰ ਦਾ ਵੱਡਾ ਫੈਸਲਾ ਲਾਗੂ ਪੰਜਾਬ ਦੇ ਵਿੱਚ ਰਜਿਸਟਰੀ ਤੇ ਐਨਓਸੀ ਦੀ ਲੋੜ ਨੂੰ ਖਤਮ ਦੇ ਫੈਸਲੇ ਤੇ ਪੰਜਾਬ ਸਰਕਾਰ ਬੈਕਫੁੱਟ ਤੇ ਆ ਗਈ ਹੈ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਣ ਤੋਂ ਬਾਅਦ ਸਰਕਾਰ ਹੁਣ ਰਜਿਸਟਰੀ ਦੇ ਵਿੱਚ ਐਨਓਸੀ ਜ਼ਰੂਰੀ ਬਣਾ ਦਿੰਦੀ ਹੈ ਸਰਕਾਰ ਦੇ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਸੂਬੇ ਚ ਗੈਰ ਕਾਨੂੰਨੀ ਕਲਵਾਦੀਆਂ ਕਲੋਨੀਆਂ ਦੀ ਗਿਣਤੀ ਤੇ ਸਕੰਜਾ ਕੱਸਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ 12 ਦਸੰਬਰ 2019 ਨੂੰ ਨੋਟੀਫਿਕੇਸ਼ਨ ਰਾਹੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਨੂੰ ਬਿਨਾ ਐਨਓਸੀ ਰਜਿਸਟਰਡ ਕਰਨ ਦੀ ਜਾਂਚ ਦੇਣ ਦੇ ਫੈਸਲੇ ਨੂੰ ਜਨ ਹਿੱਤ ਪਟੀਸ਼ਨਰਾਂਹੀਂ ਚੁਣੌਤੀ ਦਿੱਤੀ ਗਈ ਸੀ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਇਹ ਨੋਟੀਫਿਕੇਸ਼ਨ ਸਿਰਫ ਕਾਨੂੰਨ ਵਿਭਾਗ ਦੀ ਸਲਾਹ ਨਾਲ ਜਾਰੀ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦਾ ਨੌਜਵਾਨ ਜਿਸ ਨੇ ਬਿਨਾ ਜਿੰਮ ਕੇ ਦੋ ਵਿਸ਼ਵ ਰਿਕਾਰਡ ਬਣਾਏ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਦੀ ਜਿਮ ਨਹੀਂ ਗਿਆ ਤੇ ਇੰਡੀਆ ਬੋਕਾ ਅਫਰ ਰਿਕਾਰਡਸ ਦੇ ਵਿੱਚ ਦੋ ਫਿਟਨੈਸ ਰਿਕਾਰਡ ਸਥਾਪਿਤ ਕੀਤੇ ਨੇ ਗਰਦਾਸਪੁਰ ਜ਼ਿਲ੍ਹੇ ਦੇ ਉਮਰਾਵਾਲਾ ਪਿੰਡ ਦੇ 19 ਸਾਲਾ ਕਮਰ ਅਮਰਤ ਬਿੱਤ ਸਿੰਘ ਨੇ 1 ਮਿੰਟ ਦੇ ਵਿੱਚ ਸਭ ਤੋਂ ਵੱਧ ਪੁਸ਼ਾਪਾ 30 ਸਕਿੰਟਾਂ ਦੇ ਵਿੱਚ ਸਭ ਤੋਂ ਵੱਧ ਸੁਪਰਮਾਨ ਪੁਸ਼ਾਪ ਦਾ ਰਿਕਾਰਡ ਕਾਇਮ ਕੀਤਾ ਸੁਖਬੀ ਕਿਸਾਨਾਂ ਨੇ ਸੁਖਵੀਰ ਬਾਦਲ ਨੂੰ ਕਾਲੇ ਝੰਡੇ ਦਿਖਾਏ ਬੋਲੇ ਗਲਤੀ ਹੋ ਗਈ ਹਰਿਆਣਾ ਦੇ ਕਿਸਾਨਾਂ ਵਿੱਚ ਭਾਜਪਾ ਤੇ ਜੀ ਜੀ ਪੀ ਨੇਤਾਵਾਂ ਦਾ ਵਿਰੋਧ ਦਾ ਲਾਨ ਪਰ ਮੰਗਲਵਾਰ ਨੂੰ ਦਿੱਲੀ ਹਿਸਾਰ ਰਾਜਮਾਰਗ ਤੇ ਰਮਾਇਨ ਟੋਲਨ ਪਲਾਜ਼ੇ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਗਲਤੀ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਕਾਫਲਾ ਲੰਘਣ ਤੋਂ ਬਾਅਦ ਕਿਸਾਨਾਂ ਨੂੰ ਪਤਾ ਲੱਗਾ ਕਿ ਕਾਫਲਾ ਸੁਖਬੀਰ ਬਾਦਲ ਦਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਪਛਤਾਵਾ ਹੋਇਆ ਕਿਸਾਨਾਂ ਨੇ ਜੈਡ ਸਿਕਿਉਰਿਟੀ ਵਿੱਚ ਗੁਜ਼ਰ ਰਹੇ ਨੇਤਾ ਨੂੰ ਸੱਤਾਧਾਰੀ ਪਾਰਟੀ ਦਾ ਸਮਝ ਲਿਆ ਜਿਸ ਕਰਕੇ ਅਕਾਲੀ ਦਲ ਨੂੰ ਪਿੱਛੇ ਸਾਲ ਕਿਸਾਨਾਂ ਦੀ ਹਮਾਇਤ ਕਰਨ ਤੋਂ ਬਾਅਦ ਪਾਜ ਪਸਰ ਕਰਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਕਿਸਾਨਾਂ ਨੇ ਕਿਹਾ ਜੀ ਸਾਡੇ ਤੋਂ ਤਾਂ ਇਹਨੂੰ ਝੰਡੇ ਵਿਖਾ ਕੇ ਗਲਤੀ ਹੋ ਗਈ ਆ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਯੂਥ ਮੁਖੀ ਕੁਲਦੀਪ ਕਰੜ ਨੇ ਕਿਹਾ ਕਿ ਇਹ ਕਿਸਾਨਾਂ ਦੀ ਵੱਡੀ ਗਲਤੀ ਆ ਰਤਨ ਟਾਟਾ ਨੂੰ ਅਗਲਾ ਰਾਸ਼ਟਰਪਤੀ ਬਣਾਉਣ ਦੀ ਮੰਗ ਜਾਣੋ ਖਤੋ ਖਤਮ ਹੋ ਰਿਹਾ RAMNATH KOVINDA ਕਾਰਜਕਾਰ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ RAMNATH KOVINDA ਕਾਰਜਕਰ 2022 ਦੇ ਵਿੱਚ ਸਮਾਪਤ ਹੋ ਜਾਵੇਗਾ ਇਸ ਦਰਾਂ ਅਗਲੇ ਰਾਸ਼ਟਰਪਤੀ ਦੇ ਨਾਵਾਂ ਦੀ ਚਰਚਾ ਇਸ ਵਿੱਚ ਰਤਨ ਟਾਟਾ ਦਾ ਨਾਮ ਵੀ ਸ਼ਾਮਲ ਹੈ ਇੰਟਰਨੈਟ ਮੀਡੀਆ ਦੀ ਕੈਂਪੇਨ ਚਲਾ ਕੇ ਰਤਨ ਟਾਟਾ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣਾਏ ਜਾਣ ਦੀ ਅਪੀਲ ਕੀਤੀ ਗਈ ਹੈ ਟਵਿੱਟਰ ਤੇ ਰਤਨ ਟਾਟਾ ਫਾਰ ਪ੍ਰੈਜ਼ੀਡੈਂਟ ਮੁਹਿੰਮ ਸ਼ੁਰੂ ਕੀਤੀ ਗਈ ਆ ਤਾਮਿਲ ਫਿਲਮਾਂ ਦੇ ਸਭ ਤੋਂ ਵੱਡੇ ਨਿਰਮਾਤਾ ਨਾਗਾ ਬਾਬੂ ਨੇ ਵੀ ਰਤਨ ਟਾਟਾ ਨੂੰ ਰਾਸ਼ਟਰਪਤੀ ਬਣਾਇਆ ਜਾਂਦਾ ਸਮਰਥਨ ਕੀਤਾ ਉਹਨਾਂ ਨੇ ਕਿਹਾ ਜੀ ਉਹਨਾਂ ਦੀ ਸਾਖ ਬਹੁਤ ਚੰਗੀ ਇਸ ਲਈ ਉਹਦੇ ਦੇ ਯੋਗ ਹਨ ਬਰਾਹਾਲ ਰਤਨ ਟਾਟਾ ਵੱਲੋਂ ਅਜੇ ਇਸ ਤੇ ਕੋਈ ਪ੍ਰਕਿਰਿਆ ਨਹੀਂ ਦਿੱਤੀ ਗਈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 1295 ਇਕੜ ਸ਼ਾਮਲਾੜ ਜ਼ਮੀਨ ਕੋਟਾਲੇ ਚ ਈਡੀ ਨੇ ਨਾਇਬ ਤਹਿਸੀਲਦਾਰ ਦੀ ਕੋਠੀ ਚ ਮਾਰਿਆ ਛਾਪਾ ਐਸ ਏ ਐਸ ਨਗਰ ਦੇ ਪਿੰਡ ਸਿਆੰਗ ਚੋਂ 1295 ਏਕੜ ਜ਼ਮੀਨ ਦੇ ਘਟਾਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਥੇ ਡੀਸੀ ਦਫ਼ਤਰ ਅ ਡੀਸੀ ਰੋਡ ਤੇ ਸਥਿਤ ਤਤਕਾਲੀ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਤੂਤ ਦੀ ਕੋਟੀ ਤੇ ਬੀਤੇ ਦਿਨੀ ਛਾਪਾ ਮਾਰਿਆ ਪੁਲਿਸ ਫੋਰਸ ਨਾਲ ਪਹੁੰਚੀ ਈਡੀ ਦੀ ਟੀਮ ਨੇ ਬੀਤੇ ਦਿਨ ਸਵੇਰੇ 7:30 ਵਜੇ ਤੋਂ ਲਗਭਗ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਕਾਰਵਾਈ ਦੌਰਾਨ ਵਰਿੰਦਰ ਤੂਤਕਰ ਚ ਮੌਜੂਦ ਨਹੀਂ ਸੀ ਤੇ ਈਡੀ ਦੀ ਟੀਮ ਨੇ ਕਾਰਵਾਈ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕਿਸਾਨ ਚੋਣ ਲੜੇ ਤਾਂ 500 ਤੋਂ ਵੱਧ ਵੋਟਾਂ ਨਹੀਂ ਪੈਣੀਆਂ ਬੀਜੇਪੀ ਆਗੂ ਹਰਜੀਤ ਗਰੇਵਾਲ ਜੇਕਰ ਕਿਸਾਨ ਚੋਣ ਲੜਦੇ ਹਨ ਤਾਂ ਉਹਨਾਂ ਨੂੰ 500 ਤੋਂ ਵੱਧ ਵੋਟਾਂ ਨਹੀਂ ਪੈਣੀਆਂ ਇਸ ਗੱਲ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਪੰਜਾਬ ਆਗੂ ਹਰਜੀਤ ਗਰੇਵਾਲ ਨੇ ਕੀਤਾ ਇਹ ਗੱਲ ਉਹਨਾਂ ਨੇ ਇੱਕ ਇੰਟਰਵਿਊ ਚ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਵਾਲੇ ਹਨ ਕਿਸਾਨ ਅੰਦੋਲਨ ਨਹੀਂ ਬਲਕਿ ਹਿੰਸਕ ਅੰਦੋਲਨ ਹੈ ਤੇ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਆਨੰਦ ਲੈਣਾ ਸ਼ੁਰੂ ਕੀਤਾ ਹੈ ਤੇ ਇਹ ਅੰਦੋਲਨ ਕਿਸਾਨਾਂ ਦੇ ਹਿੱਤਾਂ ਤੋਂ ਨਹੀਂ ਬਲਕਿ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਹੈ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਜਿੱਦ ਕਾਰਨ ਮੀਟਿੰਗਾਂ ਦਾ سلسلہ ਰੁਕ ਗਿਆ ਕਿਸਾਨਾਂ ਨੂੰ ਬਿਨਾਂ ਸ਼ਰਤ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਜੇ ਕਿਸਾਨ ਇੱਕ ਫੋਨ ਕਾਲ ਕਰਨ ਤੱਕ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅੱਧੀ ਰਾਤ ਨੰਗੇ ਪੈਰੀ ਜਿਹੜਾ ਮੀਟਿੰਗ ਕਰਨ ਆ ਜੀਗਾ ਸੋ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਮਸਲੇ ਨੂੰ ਸੁਲਝਾਉਣ ਦੇ ਲਈ ਤਿਆਰ ਨਹੀਂ ਹਨ ਕਿਸਾਨ ਆਗੂਆਂ ਦੇ ਇਰਾਦੇ ਹੀ ਮਾੜੇ ਹਨ ਸੋ ਇਹ ਜਿਹੜੇ ਵੱਡੇ ਬਿਆਨ ਬੀਜੇਪੀ ਆਗੂਦ ਨੇ ਕੇਂਦਰ ਸਰਕਾਰ ਨੇ ਡੀਏ ਦੀ ਬਕਾਇਆ ਦਾਅਗੀ ਤੇ ਕੋਲੇ ਪੱਤੇ ਕਰਮਚਾਰੀਆਂ ਨੂੰ ਲੱਗਾ ਫਿਰ ਵੱਡਾ ਝਟਕਾ ਕੇਂਦਰੀ ਕਰਮਚਾਰੀ ਲੰਬੇ ਸਮੇਂ ਤੋਂ ਆਪਣੇ ਬਕਾਇਆ ਦੀ ਉਡੀਕ ਕਰ ਰਹੇ ਸਨ ਪਰ ਹੁਣ ਉਹਨਾਂ ਦੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਕੇਂਦਰ ਸਰਕਾਰ ਨੇ ਡੀਏ ਦੇ ਬਕਾਇਆ ਦੇਣ ਜਾਂ ਨਾ ਦੇਣ ਬਾਰੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਦਰਅਸਲ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਡੇਢ ਸਾਲ ਦੀ ਮਿਆਦ ਲਈ ਉਸ ਦੇ ਕੋਲੇ ਕੋਈ ਬਕਾਇਆ ਭੁਗਤਾਨ ਕਰਨ ਦਾ ਕੋਈ ਵਿਚਾਰ ਨਹੀਂ ਜਾਨੀ ਕਿ ਕੇਂਦਰੀ ਕਰਮਚਾਰੀਆਂ ਨੂੰ ਜਨਵਰੀ 2020 ਤੋਂ 30 ਜੂਨ 2021 ਤੱਕ ਦੇ ਭੁਗਤਾਨ ਦਾ ਭੁਗਤਾਨ ਜਿਹੜਾ ਮਿਲੇਗਾ ਭਾਰਤ ਤੋਂ ਦੁਬਈ ਜਾਣ ਵਾਲੇ ਯਾਤਰੀਆਂ ਦੇ ਲਈ ਵੱਡੀ ਖੁਸ਼ਖਬਰੀ ਨਹੀਂ ਦਿਖਾਉਣਾ ਪਵੇਗਾ ਵੈਕਸੀਨ ਦਾ ਸਰਟੀਫਿਕੇਟ ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੁਬਈ ਜਾਣ ਵਾਲੇ ਯਾਤਰੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਹੁਣ ਤੁਹਾਨੂੰ ਦੁਬਈ ਜਾਣ ਦੇ ਲਈ ਵੈਕਸੀਨੇਸ਼ਨ ਦਾ ਸਰਟੀਫਿਕੇਟ ਨਹੀਂ ਦਿਖਾਉਣਾ ਪਵੇਗਾ ਆਲ ਇੰਡੀਆ ਜੱਟ ਮਹਾਸਭਾ ਵੱਲੋਂ ਪੰਜਾਬ ਦੇ ਵਿੱਚ ਅੰਦੋਲਨ ਦੀ ਤਿਆਰੀ ਜੱਟ ਪਾਈਚਾਰੇ ਨੂੰ OBC ਦੇ ਵਿੱਚ ਸ਼ਾਮਲ ਕਰਨ ਦੀ ਮੰਗ ਆਪਣੇ ਕੌਮੀ ਪ੍ਰਧਾਨ ਦੀ ਵਾਅਦਾ ਖਿਲਾਫੀ ਤੋਂ ਨਾਰਾਜ਼ ਹੋਈ ਆਲ ਇੰਡੀਆ ਜੱਟ ਮਹਾਸਭਾ ਵੱਲੋਂ ਪੰਜਾਬ ਵਿੱਚ ਅੰਦੋਲਨ ਵਧਣ ਦੀ ਤਿਆਰੀ ਕੀਤੀ ਜਾ ਰਹੀ ਹੈ ਆਲ ਇੰਡੀਆ ਜੱਟ ਮਹਾਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਪੰਜਾਬ ਦੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਜੱਟ ਪਾਈਚਾਰੇ ਨੂੰ OBC ਚ ਸ਼ਾਮਲ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਨੇ ਇਹ ਸਾਡੀ ਮੰਗ ਪੂਰੀ ਨਾ ਕੀਤੀ ਤਾਂ ਜਲਦ ਵੱਡੇ ਪੱਧਰ ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਗਵਾਂਢੀ ਸੂਬੇ ਦੇ ਜੱਟ ਆਗੂ ਤੇ ਪਾਈਚਾਰੇ ਦੇ ਲੋਕ ਵੀ ਸ਼ਾਮਲ ਹੋਣਗੇ ਗੜ ਸ਼ੰਕਰ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪੁਰਾ ਨੇ ਕਿਹਾ ਕਿ OBC ਦਾ ਕੋਟਾ 27% ਦੀ ਅਤੇ ਜੱਟ ਸਭਾ ਵੱਲੋਂ ਹਰਿਆਣਾ ਦੇ ਰਾਜਸਥਾਨ ਦੇ ਸਮੇਤ 9 ਜੱਟਾਂ ਦੇ ਗਰੀਬ ਕਿਸਾਨਾਂ ਦੇ OBC ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ ਅਬੋਰ ਦੇ ਵਿੱਚ ਤਿੰਨ ਬੱਚੇ ਨਿਕਲੇ ਕਰੋਨਾ ਪੋਜ਼ਿਟਿਵ 14 ਦਿਨਾਂ ਲਈ ਜੋਜਤ ਮਾਤਾ ਨੂੰ ਕੀਤਾ ਗਿਆ ਬੰਦ ਸੋ ਵੱਡੀ ਖਬਰ ਹੈ ਬੋਰ ਤੋਂ ਸਰਕਾਰੀ ਸਕੂਲ ਤੋਂ ਜਿੱਥੇ ਖੁੱਲਣ ਨਾਲ ਵਿਦਿਆਰਥੀਆਂ ਨੂੰ ਕਰੋਨਾ ਪੋਜ਼ਿਟਿਵ ਆਉਣ ਦੇ ਮਾਮਲੇ ਆ ਤੁ ਬੱਚਾ ਸਣੇ ਉਹਨਾਂ ਦੇ ਮਾਪਿਆਂ ਚ ਡਰ ਪੈਦਾ ਹੋ ਗਿਆ ਸਕੂਲ ਖੁੱਲ੍ਹੇ ਅਜ ਕੁਝ ਦਿਨ ਹੋਏ ਸੀ ਸਕੂਲਾਂ ਦੇ ਵਿਦਿਆਰਥੀ ਕਰੋਨਾ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਨਵਜੋਤ ਸਿੱਧੂ ਨੇ ਨਿਯੁਕਤ ਕੀਤੇ ਚਾਰ ਸਲਾਹਕਾਰ ਸੋ ਵੱਡੀ ਖਬਰ ਹੈ ਸੋ ਉਹਨਾਂ ਨੇ ਆਪਣੇ ਚਾਰ ਸਲਾਹਕਾਰ ਨਿਯੁਕਤ ਕਰ ਲਏ ਨੇ ਕਾਂਗਰਸ ਤੋਂ ਮੁਰ ਧਮਾਕਾ ਸਿੱਧੂ ਦੇ ਹਮਲਿਆਂ ਨੇ ਸੋਨੀਆ ਗਾਂਧੀ ਕੋਲੇ ਪਹੁੰਚ ਕੀਤੀ ਸ਼ਿਕਾਇਤ ਖਫਾ ਹੋ ਕੇ ਕੈਪਟਨ ਬੋਲੇ ਇਹ ਠੀਕ ਨਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਦਿੱਲੀ ਦਰਬਾਰ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਾਂਗਰਸ ਦੇ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਸੋਨੀਆ ਗਾਂਧੀ ਨੂੰ ਸ਼ਿਕਾਇਤ ਕੀਤੀ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਹਨਾਂ ਦੀ ਸਰਕਾਰ ਦੀ ਆਲੋਚਨਾ ਸੁਚਾਰੂ ਕੰਮਕਾਜਾਂ ਲਈ ਚੰਗੀ ਤਰ੍ਹਾਂ ਨਹੀਂ ਕੀਤੀ ਜਾ ਰਹੀ ਧੰਨਵਾਦ